ਓਏ ਹੁਣ ਤੂੰ ਮੈਨੂੰ ਮਤਾਂ ਦੇਂਗਾ, ਤੂੰ ਮੈਨੂੰ ਕਾਨੂੰਨ ਸਿਖਾਏਂਗਾ? ਉਰੇ ਤੈਨੂੰ ਕੌਣ ਨਹੀਂ ਬਚਾਉਂਦਾ? ਉਰੇ ਦਾ ਚਿੜੀ ਨਹੀਂ ਫਰਕਦੀ, ਤੈਨੂੰ ਕੌਣ ਬਚਾਉਣ ਵਾਲਾ? ਉਰੇ ਓਏ ਨੂੰ ਟਿਕਾਣੇ 'ਚ ਲੈ ਕੇ ਚੱਲੋ, ਓਏ ਇਹਦਾ ਮੂੰਹ ਬੰਦ ਕਰ, ਓਏ ਬਚਾਓ, ਉੱਥੇ ਲੈ ਕੇ ਚੱਲੋ, ਬਚਾਓ। ਉਰੇ ਕੋਈ ਨਹੀਂ ਬਚਾਉਂਦਾ ਤੈਨੂੰ। ਉਹ ਸੁਖਿਆ ਬਖਤਾਲ ਬੜਾ ਕੁੱਤੇ ਦਾ ਹੱਡ ਹੈ, ਉਹਨੇ ਆਪਣਾ ਐ ਪੈਂਡਾ ਨਹੀਂ ਛੱਡਣਾ। ਸਹੀ ਗੱਲ ਹੈ ਬਾਈ, ਤੇਰੀ ਬਚ ਕੇ ਰਹਿਣਾ ਪਊਗਾ, ਤੂੰ ਬਚ ਕੇ ਰਹਿਣਾ ਪਊਗਾ, ਨਾਲੇ ਆਪਣੇ ਅੱਡੇ ਦੇ ਛਾਪਾ ਮਾਰੀ ਕਰਾਊਗਾ, ਆਪਾਂ ਉੱਥੇ ਜਾ ਨਹੀਂ ਸਕਦੇ। ਮਾਸੀ ਕੋਲ ਚੱਲਦੇ, ਆਪਾਂ ਕਿਤੇ ਹੋਰ ਜਾ ਨਹੀਂ ਸਕਦੇ। ਸਹੀ ਗੱਲ ਹੈ ਬਾਈ, ਤੇਰੀ ਮਾਸੀ ਦੇ ਹੱਥ ਦੀਆਂ ਰੋਟੀਆਂ ਖਾਏ ਨੂੰ ਬਹੁਤ ਟਾਈਮ ਹੋ ਗਿਆ, ਨਾਲੇ ਭੈਣ ਦਾ ਸੁੱਖ ਦੁੱਖ ਪੁੱਛ ਆਵਾਂਗੇ। ਚਲੋ ਉੱਥੇ ਚੱਲਦੇ ਆ। ਚਲ ਬਾਈ, ਹੋਰ ਮੈਂ ਬੋਝ ਬਚਾ ਕੇ ਚੱਲ। ਚਲ ਮੈਂ ਤੁਹਾਡੇ ਸਾਹਮਣੇ ਹੱਥ ਜੋੜਦੀ ਆ, ਮੈਨੂੰ ਜਾਣ ਦੋ, ਮੈਂ ਤੁਹਾਡਾ ਕੀ ਵਿਗਾੜਿਆ ਗਿਆ, ਮੈਨੂੰ ਜਾਣ ਦੋ। ਓਏ ਓਏ ਫੜੋ ਫੜੋ ਸਾਰੇ ਨੂੰ, ਨਾ ਕੇ ਕੀ ਦੇਖਦੇ ਹੋ, ਕਾਰ ਨਾ ਸੁੱਕਾ ਲੱਗ ਜੇ। ਅੱਛਾ ਚੱਕਵੇਂ ਪੈਰੀ ਹੋ ਲੈ ਜੋਰਿਆ। ਉਹ ਚੱਕਵੇਂ ਪੈਰੀ ਤਾਂ ਹੋ ਜਾਣਾ, ਮਾਸੀ ਵੀ ਖੁਸ਼ ਹੋ ਜਾਊਗਾ ਆਪਾਂ ਨੂੰ ਦੇਖ ਕੇ ਕਿ ਬਹੁਤ ਟਾਈਮ ਬਾਅਦ ਆਏ ਨੇ ਨਾ। ਹਾਂ ਜੋਰਿਆ, ਇਹ ਤਾਂ ਗੱਲ ਤੇਰੀ ਸਹੀ ਆ, ਖੜੀ ਜੋਰਿਆ ਇੱਕ ਮਿੰਟ, ਆਵਾਜ਼ਾਂ ਸੁਣ। ਓਏ ਇੱਥੇ ਜਾਨਵਰ ਜਾਨਵਰ ਬਥੇਰੇ ਨੇ, ਉਹਨਾਂ ਦੀ ਹੋਊਗੀ ਯਾਰ। ਓਏ ਨਾ ਨਾ ਯਾਰ, ਸਮਾਰ ਕੇ ਤਾਂ ਸੁਣ ਦੇਖ, ਕਿਸੇ ਕੁੜੀ ਦੀਆਂ ਆਵਾਜ਼ਾਂ ਨੇ। ਕੁੜੀ ਦੀ ਆਵਾਜ਼ ਇਹ? ਕੋਈ ਕੁੜੀ ਮੁਸੀਬਤ 'ਚ ਹੈ, ਇੱਧਰ ਹੀ ਸੁਣਦੀ ਹੈ। ਹਾਂ ਚੱਲ ਜੋ ਰਿਹਾ, ਟਾਈਮ ਬਹੁਤ ਹੋ ਗਿਆ, ਹਲੇ ਤੱਕ ਆਈ ਨਹੀਂ ਹੈਗੀ। ਲੈ ਆਊਂ ਆ ਯਾਰ, ਮੇਰੀਆਂ ਸਰਕਾਰਾਂ ਗੱਡੀ ਲਈ, ਆ ਜਾਓ ਮਾਲਕ, ਤੁਹਾਨੂੰ ਇਹ ਡੀਕਦੇ ਆ। ਆਜੋ ਆਜੋ ਮੇਰੀ ਮੋਤੀਆਂ ਵਾਲੀ ਸਰਕਾਰ। ਉਹ ਬੱਲਿਆ ਕੀ ਹਾਲ ਹੈ ਤੇਰਾ? ਤੁਹਾਡੀ ਕਿਰਪਾ ਮੇਰੇ ਮਾਲਕੋ, ਤੁਹਾਡੀ ਕਿਰਪਾ। ਓਏ ਸਾਡਾ ਕੰਮ ਕਦੋਂ ਕਰੇਗਾ ਹੁਣ ਤੂੰ? ਜਨਾਬ ਮੇਰੀ ਦੋ ਟਾਈਮ ਆਖੋ ਉਹਨਾਂ ਦੇ ਘਰ 'ਚ ਹੀ ਰਹਿੰਦੀ ਹੈ। ਅੱਛਾ, ਜਿੱਦੇ ਮੁਜ਼ਲਮ ਆ ਗਏ ਤੁਹਾਡੀ ਖਬਰ ਪੱਕੀ ਹੈ, ਤੇ ਤੇਰਾ ਬਣਦਾ ਮਾਣ ਤਾਣ ਸਾਡੇ ਵੱਲੋਂ ਪੱਕਾ। ਬਸ ਮੈਂ ਤੈਨੂੰ ਇੱਕ ਗੱਲ ਕਹਿਣਾ, ਧਿਆਨ ਨਾਲ ਸੁਣੀ, ਜਿੱਦੇ ਵੀ ਤੈਨੂੰ ਦੋਏ ਜੋਰਾ ਸੁੱਖਾ ਅੱਤਵਾਦੀ ਮਿਲ ਗਏ ਨਾ, ਕੰਨੋ ਕੰਨੋ ਖਬਰ ਹੋ ਜੇ ਬਸ। ਮਾਲਕੋ ਜਮਾ ਪੱਕੀ, ਬੰਦੇ ਬਚਣੇ ਚਾਹੀਦੇ, ਤੇ ਤੇਰਾ ਨਿਆਮ ਬਿੱਲਿਆ ਸਾਡੇ ਹੁੰਦੇ ਪ੍ਰਵਾਹ ਨਾ ਕਰ ਤੂੰ, ਠੀਕ ਹੈ? ਮਾਲਕੋ ਤੁਹਾਡੇ ਹੁੰਦੇ ਮੈਨੂੰ ਕੌਣ ਹੱਥ ਲਾ ਸਕਦਾ? ਬਸ ਫਿਰ ਠੀਕ ਹੈ, ਤੇ ਕੱਲ ਨੂੰ ਇਸੇ ਸਮੇਂ ਫਿਰ ਮਿਲਦੇ ਆਪਾਂ, ਤੇ ਹੁਣ ਜਾ ਤੂੰ। ਤੁਹਾਡਾ ਹੁਕਮ ਸਿਰ ਮੱਤ। ਬਸ ਠੀਕ ਹੈ, ਕੱਲ ਨੂੰ ਮਿਲਦੇ ਆ ਇਸੇ ਸਮੇਂ। ਹਾਂਜੀ ਆ ਜੀ, ਠੀਕ ਹੈ, ਨਿਕਲ ਫਿਰ ਤੂੰ। ਚੱਲ ਜਨੂਪਾ, ਮੈਨੂੰ ਜਾਣ ਦੋ, ਮੈਂ ਤੁਹਾਡਾ ਕੀ ਵਿਗਾੜਿਆ, ਮੈਂ ਤੁਹਾਡੇ ਹੱਥ ਜੋੜਦੀ ਆ, ਮੈਨੂੰ ਜਾਣ ਦੋ, ਮੈਨੂੰ ਜਾਣ ਦੋ, ਕੀ ਵਿਗਾੜਿਆ ਤੁਹਾਡਾ? ਕੌਣ ਹੋ ਤੁਸੀਂ, ਕਿੱਧਰ ਮੂੰਹ ਚੱਕਿਆ ਤੁਹਾਨੇ? ਓਏ ਅਸੀਂ ਕੌਣ ਆ? ਓਏ ਇਸ ਤਾਂ ਮੌਤ ਦਾ ਦੂਜਾ ਨਾਮ ਆ। ਓ ਤੁਸੀਂ ਕੌਣ ਹੁੰਦੇ ਹੋ ਸਾਡੇ ਵਿੱਚ ਆਉਣ ਵਾਲੇ? ਇਹ ਸਾਡਾ ਸ਼ਿਕਾਰ ਹੈ, ਇਹ ਜਾਣ ਪੈ ਰਹੀ ਹੈ, ਪੁੱਠੇ ਮੁੜ ਜਾਓ। ਓਏ ਤੂੰ ਕੌਣ ਹੁੰਦਾ ਕੁੜੀ ਨੂੰ ਹੱਥ ਲਾਉਣ ਵਾਲਾ? ਕਿਉਂ ਤੇਰੀ ਭੈਣ ਲੱਗਦੀ ਹੈ, ਖਾਸੀ ਮੇਰ ਆਉਂਦੀ ਹੈ। ਓ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨਾ ਓਏ, ਵੱਡਾ ਮਰਦ ਬਣਿਆ,
ਤੀਵੇਂ ਦੇ ਹੱਥ ਸਿੱਖ ਕੇ ਤੂੰ ਜੇ ਐਡੀ ਹਿੰਮਤ ਆ ਹੁਣ ਲਾ ਹੱਥ ਲਾ ਓਏ ਕੁੰਨੀ ਲਾ ਦੀ ਇੱਥੇ ਝੁਕ ਜਾ ਓਏ ਉਹ ਜਿਹੜੇ ਪੈਰੀਆਂ ਆ ਉਸੇ ਪੈਰੀ ਵਾਪਸ ਹੋ ਜਾ ਓਏ ਭੈਣੇ ਤੂੰ ਸਾਡੀ ਧਰਮ ਦੀ ਭੈਣ ਹੈ ਤੂੰ 5 ਮਿੰਟ ਪੂਰੇ ਬੈਠ ਆ ਜਿਹੜੇ ਨੇ ਤੇਰੀ ਇੱਜ਼ਤ ਦੇ ਹੱਥ ਪਾਇਆ ਨਾ ਇਹਨੂੰ ਅਸੀਂ ਸੌਦਾ ਲਾਈਏ ਉਰੇ ਲਿਆ ਕੇ ਨਾ ਤੇਰੇ ਪੈਰਾਂ 'ਚ ਡੇਗ ਦਾਂਗੇ ਕੱਲੀ ਕੱਲੀ ਗਲਤੀ ਦੀ ਮਾਫ਼ੀ ਮੰਗਾਵਾਂਗੇ ਤੂੰ 5 ਮਿੰਟ ਬੈਠ ਉਰੇ ਚੱਲ ਜੋ ਰਿਹਾ ਚੱਲ ਉਹ ਨਾ ਜੋ ਰਿਹਾ ਨਾ ਇਹਨਾਂ ਦੇ ਪਿੱਠ ਤੇ ਵਾਰ ਨਹੀਂ ਕਰਨਾ ਤੈਨੂੰ ਪਤਾ ਤਾਂ ਹੈਗਾ ਆਪਣੀ ਕੌਮ ਨੇ ਨਾ ਕਦੇ ਪਿੱਠ ਤੇ ਵਾਰ ਕਰਿਆ ਤੇ ਨਾ ਕਦੇ ਖਾਧਾ ਪਹਿਲਾਂ ਆਪਾਂ ਇਹਨਾਂ ਨੂੰ ਫੜਾਂਗੇ ਫਿਰ ਗਲਤੀ ਦੀ ਮਾਫ਼ੀ ਮੰਗਾਵਾਂਗੇ ਫਿਰ ਇਹਨਾਂ ਨੂੰ ਸੋਧਾ ਲਾਵਾਂਗੇ ਐਂ ਕਰ ਤੂੰ ਮੂਰਤੀ ਹੋ ਮੈਂ ਜਾਣਾ ਕਦੇ ਮਗਰ ਠੀਕ ਆ ਬਾਈ ਮੁਗਲ ਕੇਸ ਕਤਲ ਕਰਨ ਲੱਗੀ ਸੀ ਲੋਹੇ ਦੇ ਬਣ ਗਏ ਸੀ ਪੁੱਤ ਉਹ ਕੇਸ ਠੀਕ ਆ ਤੂੰ ਨਾ ਵੱਡਾ ਹੋ ਕੇ ਨਾ ਪੁੱਤ ਮੇਰੀ ਗੱਲ ਸੁਣ ਤੇਰੇ ਮੈਂ ਪੱਗ ਬੰਨਿਆ ਕਰੂੰਗੀ ਦੇਖੀ ਸਰਦਾਰ ਬਣ ਜਾਏਗਾ ਸਰਦਾਰ ਨਾਲੇ ਜਿਹੜੇ ਸਰਦਾਰ ਹੁੰਦੇ ਨੇ ਪੁੱਤ ਉਹ ਲੋਕਾਂ ਦੀ ਨਾ ਇੱਜ਼ਤ ਦਾ ਖਿਆਲ ਰੱਖਿਆ ਕਰਦੇ ਨੇ ਠੀਕ ਆ ਨਾ ਹਾਂ ਇਹੋ ਜਿਹੇ ਨਾਲ ਮੈਨੂੰ ਸਵਾਲ ਕਰਿਆ ਕਰਨ ਵਾਲੇ ਤੂੰ ਹੋਰ ਹੀ ਸਵਾਲ ਕਰੀ ਜਾਂਦਾ ਪੁੱਟੇ ਸਿੱਧੇ ਵੱਡੀ ਰੁਮਾਲ ਕਿਤੇ ਲੈ ਵੱਡੀ ਰੁਮਾਲ ਬੰਨੂਗੀ ਹੁਣ ਮੇਰੇ ਪੁੱਤ ਦਾ ਜੂੜਾ ਵੱਡਾ ਹੋ ਗਿਆ ਹੈ ਤਿਆਰ ਹੋ ਕੇ ਨਾ ਸਕੂਲ ਵੱਗ ਜਾਈਂ ਪੁੱਤ ਠੀਕ ਆ ਸਿਆਣਾ ਬਣ ਕੇ ਰਿਹਾ ਕਰਨ ਵਾਲੇ ਠੀਕ ਆ ਹਾਂ ਹਰੇਕ ਨੂੰ ਜੀ ਨਾਲ ਗੱਲ ਕਰਿਆ ਕਰ ਕੋਈ ਫਿਰ ਚਾਚਾ ਜੀ ਤਾਇਆ ਜੀ ਠੀਕ ਆ ਨਾ ਖਬਰਦਾਰ ਕੀ ਖਰਚੋ ਉਹ ਜੇ ਇੱਕ ਕਦਮ ਵੀ ਪੱਟਿਆ ਨਾ ਗੋਲੀ ਸੱਦੀ ਮੱਥੇ ਜਾਊਗੀ ਵੱਡੇ ਬਦਮਾਸ਼ ਦੇ ਹੱਥ ਉੱਪਰ ਚੱਕ ਓਏ ਰੋਤ ਉੱਪਰ ਸਿੱਧਾ ਹੋ ਜਾਂਦਾ ਚਲੋ ਕੇ ਓ ਚੁੱਪ ਹੋ ਵੱਡੇ ਚਾਰ ਬਦਮਾਸ਼ ਬਣੇ ਫਿਰਦੇ ਦੇ ਕੱਲੀ ਕੁੜੀ ਨੂੰ ਦੇਖ ਕੇ ਓ ਜੋਰਿਆ ਜਾ ਤੂੰ ਪੈਣ ਨੂੰ ਲਿਆ ਮੈਂ ਖੜਦਾ ਨਾ ਲਵੇ ਠੀਕ ਆ ਬਾਈ ਉੱਠ ਪੈਣੇ ਤੇਰੇ ਦੁਸ਼ਮਣ ਸਾਰੇ ਫੜ ਲਏ ਸੀ ਨੇ ਚਲ ਲੈ ਭੈਣੇ ਆ ਖੜੇ ਨੇ ਉਹ ਜਿਹੜੇ ਤੇਰੀ ਚੁੰਨੀ ਨੂੰ ਹੱਥ ਪਾਇਆ ਸੀ ਦੱਸ ਹੁਣ ਕੀ ਕਰੇ ਨਾਲ ਇਹਨਾਂ ਨਾਲ ਕੀ ਕਰਨਾ ਵੀਰੇ ਇਹਨਾਂ ਦੇ ਤਾਂ ਕੱਲੇ ਕੱਲੇ ਦੇ ਗੋਲੀ ਮਾਰਨੀ ਆ ਇਹ ਤੇਰੇ ਪਿੰਡ ਦੀ ਨੇ ਹਾਂ ਮੇਰੇ ਪਿੰਡ ਦੇ ਹੀ ਨੇ ਮੈਂ ਤਾਂ ਆਪਣੇ ਛੋਟੇ ਭਰਾ ਨਾਲ ਆਪਣੀ ਮਾਸੀ ਕੋਲ ਚੱਲੀ ਸੀ ਵੀ ਚੱਲ ਕੱਚੇ ਰਾਸਤੇ ਜਾਨੀ ਆ ਛੇਤੀ ਪਹੁੰਚ ਜਾਵਾਂਗੇ ਪਰ ਇਹ ਉੱਥੇ ਬੈਠੇ ਸਾਰੇ ਦਾਰੂ ਪੀ ਰਹੇ ਸੀ ਇਹਨਾਂ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਤੇ ਨਾਲੇ ਮੇਰੇ ਛੋਟੇ ਭਰਾ ਦਾ ਕਤਲ ਕਰਤਾ ਇਹਨਾਂ ਨੂੰ ਮੈਂ ਕਦੇ ਮਾਫ਼ ਨਹੀਂ ਕਰ ਸਕਦੀ ਗੋਲੀ ਤੁਸੀਂ ਨਹੀਂ ਗੋਲੀ ਇਹਨਾਂ ਦੇ ਮੈਂ ਮਾਰੂੰਗੀ
ਦੱਸੋ ਏ ਤੁਹਾਡੇ ਚੋਂ ਮਰਨਾ ਕੌਣ ਪਸੰਦ ਕਰੂਗਾ ਪਹਿਲਾਂ? ਭੈਣੇ ਸਾਨੂੰ ਮਾਫ ਕਰ ਦੇ, ਸਾਥੋਂ ਗਲਤੀ ਹੋ ਗਈ, ਅਸੀਂ ਨੇ ਦਾਰੂ ਪੀਰ ਕੀਤੀ। ਓ ਭੈਣੇ ਤੂੰ ਨਾ ਰੋ, ਜ਼ੁਰਨਗੀ ਦੇ ਨੇ ਸੱਤ ਪੁਸਤਾਂ ਸੁਣਗੀ ਨੇ, ਗੱਲ ਇਹੋ ਜਿਹੀ ਮੌਤ ਦੇ ਕੇ ਜਾਵਾਂਗੇ ਕਿ ਅੱਜ ਤੋਂ ਬਾਅਦ ਕਿਸੇ ਧੀ ਭੈਣ ਤੇ ਮਾੜੀ ਅੱਖ ਨਹੀਂ ਰੱਖਣਗੇ। ਮਾਂ ਸੀ ਨੇ ਜਗਰ ਜੀਵੇ, ਤੁਹਾਨੂੰ ਮਾਫੀ ਨਹੀਂ ਮਿਲ ਸਕਦੀ, ਤੁਹਾਨੂੰ ਤਾਂ ਨਰਕਾਂ ਚ ਵੀ ਜਗ੍ਹਾ ਨਹੀਂ ਮਿਲਣੀ। ਮਾਫ ਕਰ ਦੇ ਭੈਣੇ ਸਾਨੂੰ। ਓਏ ਮੇਰਾ ਇੱਕ ਭਾਈ ਸੀ ਭੁੱਲਾ ਵਰਗਾ, ਤੁਸੀਂ ਉਹ ਵੀ ਮੇਰੇ ਤੋਂ ਖੋ ਲਿਆ, ਨਾ ਮੇਰੇ ਮਾਂ ਨਾ ਬਾਪ। ਭੈਣੇ ਸਾਥੋਂ ਚੱਲ ਭੈਣੇ। ਕਿੰਨੇ ਸਵਾਲ ਕਰਦਾ ਗਾ ਮੁੰਡਾ ਇਹ ਮੈਨੂੰ, ਹੈ ਹੁਣੇ ਦੀ ਕੇਸ ਕਿਉਂ ਨਹੀਂ ਕਟਾ ਸਕਦੇ, ਹੈ ਮੈਂ ਕੀ ਕਰਿਆ ਕਰੂੰਗਾ, ਹੋਰ ਹੀ ਬੋਲੀ ਜਾਂਦਾ ਗਾ। ਚੱਲ ਸਿਆਣਾ ਮੇਰਾ ਪੁੱਤ, ਦਿਮਾਗ ਮੇਰੇ ਪੁੱਤ ਦਾ ਵਾਲਾ ਗਾ, ਲੈ ਮੈਨੂੰ ਦੇਰ ਪਹਿਲਾਂ ਕਿਤੇ ਚੱਕ ਲੈ, ਬਸ ਤੱਕ ਨਾ ਸਕੂਲ ਆ। ਮੈਂ ਸਾਨੂੰ ਕੱਖ ਦੇ ਦੇਗੀ ਦਮਾ, ਫਿਰ ਜਾਊਂਗਾ ਖੇਤ। ਜੇ ਬੁਲਾਵੇਂਗੀ ਫੇਰੇ ਬੋਲੂਗਾ। ਓ ਹੋ ਬੁਲਾਉਣ ਤਾਂ ਲੱਗ ਰਹੀ ਆ, ਹੋਰ ਕੀ ਕਹਿਣੀ ਆ। ਹਾਂ ਦੱਸ, ਹੁਣ ਆਣ ਲੱਗ ਗਿਆ ਨੀਰਾ ਪਾਣ। ਤੂੰ ਫਿਰ ਉਹਨੂੰ ਮੁੰਡੇ ਨੂੰ ਲੱਗ ਰਹੀ ਸੀ ਤਿਆਰ ਕਰਨ, ਮੇਰੇ ਪੁੱਤ ਨੂੰ ਸਿੰਘ ਸਰਦਾਰ ਨੂੰ, ਉਹਨੇ ਸਕੂਲ ਜਾਣਾ ਸੀ, ਤੈਨੂੰ ਤਾਂ ਨਹੀਂ ਟੋਕਿਆ, ਮੈਂ ਚੱਲ ਆਪ ਪਾ ਦੂ, ਮੇਰੇ ਕਿਹੜਾ ਹੱਥ ਤੋਕ ਦੇਣਾ। ਉਹ ਤਾਂ ਮੈਂ ਕਰਤਾ ਤਿਆਰ, ਤਿਆਰ ਹੋ ਗਿਆ। ਹਾਂ ਅੱਛਾ, ਹਾਂ ਇੱਕ ਤਾਂ ਸੋਹਣਾ ਵਾਲਾ ਲੱਗਦਾ ਮੇਰਾ ਪੁੱਤ, ਜਿਵੇਂ ਚਿੱਟੇ ਲੀੜੇ ਪਾ ਕੇ। ਫਿਰ ਕਾਲਾ ਟਿੱਕਾ ਲਾ ਦਿਆ ਕਰ। ਓਹੋ ਮੈਂ ਤਾਂ ਭੁੱਲੇ ਗਈ ਕਾਲਾ ਟਿੱਕਾ ਲਾਉਣਾ, ਚੱਲ ਕੋਈ ਨਾ ਜਦ ਸਕੂਲ ਜਾਊਗਾ ਨਾ ਉਦੋਂ ਲਾ ਦੂੰਗੀ। ਫਿਰ ਯਾਦ ਤਾਂ ਰੱਖ ਲਿਆ ਕਰ ਕੁਛ। ਭੁੱਲ ਜਾਂਦੀ ਆ, ਸੁਰਤੀ ਤਾਂ ਸਾਰਾ ਦਿਨ ਤੇਰੇ ਕਣੀ ਪਈ ਰਹਿੰਦੀ ਆ ਮੇਰੀ ਮੇਰੀ ਖੇਤ ਚ। ਉਹ ਨਰਮਾ ਗੁੱਡਣ ਵਾਲਾ ਉਰੇ ਤੇਰੇ ਤਾਂ ਖੇਤ ਚ ਸੁਰਤੀ ਰਹਿੰਦੀ ਆ, ਮੇਰੇ ਚ ਵੀ ਰੱਖ ਲਿਆ ਕਰ ਕਦੇ। ਗਰਮੀ ਹੋ ਰਹੀ ਆ, ਜੇ ਬਿਮਾਰ ਹੋ ਗਏ ਤੇ ਕੌਣ ਸਾਂਭੂਗਾ ਸਾਨੂੰ? ਪਤਾ ਹੈ ਕੀ ਹੈ, ਮਹਿੰਗਾਈ ਦਾ ਟਾਈਮ ਹੈ, ਦੋ ਪੈਸੇ ਅਸੀਂ ਜੁੜਦੇ ਹੁੰਦੇ ਨੇ, ਨਹੀਂ ਜੁੜਦੇ। ਉਹ ਤਾਂ ਠੀਕ ਆ, ਚੱਲ ਚੰਗਾ ਫਿਰ, ਰੋਟੀ ਬਣਾਉਣੀ ਆ ਮੈਂ, ਰੋਟੀ ਖਾ ਕੇ ਵਗ ਚੀ ਆ। ਹਾਂ ਚੱਲ ਛੇਤੀ ਬਣਾ ਦੇ, ਮਗਰ ਫਿਰ ਆਮ ਜੀ ਫੇਵਰਟ ਹੋਵੇ ਕਰਦੀ ਖੇਤ। ਦੇਖ ਲਾ ਐਂ ਕਹਿੰਦਾ ਗਾ ਮੇਰੇ ਮਗਰ ਤਾਂ ਜਮੀ ਨਾ ਆਵੇ, ਹੋਰ ਦੱਸ ਮੈਂ ਕਿਹਦੇ ਮਗਰ ਲੱਗੂਗੀ ਜੇ ਤੇਰੇ ਨਹੀਂ ਲੱਗੂਗੀ। ਚੱਲ ਮੈਨੂੰ ਕੀ ਲੈਣਾ, ਮੈਂ ਤਾਂ ਕੱਖ ਡੇਕ ਕੇ ਵਗ ਜਾਣਾ, ਆ ਜੀ ਉੱਥੇ ਰੋਟੀ ਲੈ। ਅਸੀਂ ਇੰਝ ਗੱਲਾਂ ਨਾ ਕਰਿਆ ਕਰ, ਮੁੰਡਾ ਤਾਂ ਨਹੀਂ ਸੁਣਦਾ ਹੈਗਾ ਕਿਤੇ, ਮੁੰਡਾ ਸੁਣ ਲਈ। ਓਹੋ ਸੱਚ ਮੈਂ ਤਾਂ ਗੱਲਾਂ ਮਿਲਾਂ 'ਚ ਭੁੱਲੇ ਗਈ, ਉਹ ਚੋਰਾਂ ਤੇ ਸੁੱਖਾਂ ਕਈ ਦਿਨ ਹੋ ਗਏ ਕੰਮਾਂ ਨੇ ਗੇੜੀ ਨਹੀਂ ਮਾਰਿਆ ਹੈਗਾ। ਉਹ ਫੇਰ ਕੀ ਹੁੰਦਾ, ਕਿਉਂ ਮਨ ਹੌਲਾ ਕਰਦੀ ਹੈ, ਆ ਜਾਣਗੇ। ਨਾ ਮੇਰੀ ਗੱਲ ਸੋਹਣਾ, ਰਾਤ ਨਾ ਮੈਨੂੰ ਸੁਪਨੇ 'ਚ ਦੇਖੇ ਜਣੋ ਮੇਰੇ ਲਵੇ ਆ ਕੇ ਚੁੱਲ੍ਹੇ ਮੂਹਰੇ ਬੈਠੇ ਰੋਟੀ ਖਾਣ ਲੱਗ ਰਹੇ ਨੇ। ਮੈਂ ਤਾਂ ਜਣੋ ਸੋਚ ਜੀ ਲੱਗ ਰਹੀ ਆ, ਜੇ ਠੀਕ ਹੋਣ ਕਿਤੇ ਉਹ ਹੀ ਨਾ ਚੰਦਰੇ। ਉਹ ਕਾਹਨੂੰ ਸੋਚ ਕਰਦੀ ਆ, ਸ਼ੇਰਾਂ ਨੂੰ ਕੋਈ ਨੱਥ ਪਾ ਲੂਆ? ਨਹੀਂ ਨਹੀਂ, ਸੋਚ ਤਾਂ ਹੁੰਦੀ ਹੀ ਆ, ਜੇ ਮੈਂ ਨਹੀਂ ਸੋਚ ਕਰੂੰਗੀ ਹੋਰ ਕੌਣ ਕਰੂਗਾ? ਬਾਕੀ ਕੱਲ੍ਹ ਨੂੰ ਆਪਣਾ ਮੁੰਡਾ ਵੀ ਗੱਭਰੂ ਹੋਇਆ, ਪਰ ਮੈਂ ਆਪਣੇ ਮੁੰਡੇ ਨੂੰ ਬਹੁਤ ਸਮਝਾਉਂਦੀ ਹਾਂ, ਸਾਰਾ ਦਿਨ ਉਹਦੇ ਨਾਲ ਨਾ ਬਸ ਸਿੱਖੀ ਦੇ ਗਿਆਨ ਦੀਆਂ ਗੱਲਾਂ ਕਰਦੀ ਹਾਂ, ਵੀ ਜੇ ਮੇਰਾ ਪੁੱਤ ਸਿੱਖੀ 'ਚ ਪੈ ਜੇ। ਨਾ ਤੈਨੂੰ ਕੀ ਲੱਗਦਾ, ਮੈਂ ਕੀ ਸਮਝਾਉਂਦਾ ਨਹੀਂ, ਜਦੋਂ ਮੈਨੂੰ ਟਾਈਮ ਲੱਗਦਾ ਮੈਂ ਵੀ ਸਮਝਾਉਣਾ ਉਹਨੂੰ ਇਹੀ ਗੱਲਾਂ। ਉਹ ਤਾਂ ਠੀਕ ਆ, ਪਰ ਜੇ ਉਹ ਚੰਦਰੇ ਆ ਜਾਂਦੇ ਨਾ ਫਿਰ ਠੀਕ ਤੀਆਂ ਮਿਲ ਜਾਂਦੇ ਆ ਕੇ ਵਿਚਾਰੇ, ਪਤਾ ਨਹੀਂ ਫਿਰ ਉਹੀ ਗੱਲ। ਤੂੰ ਨਾ ਮਨ ਹੌਲਾ ਕਰ, ਆਉਣਗੇ, ਸਮਾਂ ਲੱਗਦਾ, ਹੁਣ ਤੈਨੂੰ ਪਤਾ ਕਿੰਨੇ ਮਾੜੇ ਹਾਲਾਤ ਚੱਲੇ, ਲੁਕ ਲੁਕ ਰਹਿਣਾ ਪੈਂਦਾ। ਆਏ ਨਾ ਕਿਹਾ ਕਰ, ਮੇਰੇ ਤਾਂ ਨਾ ਕਾਜ ਹੌਲ ਜਿਹਾ ਪੈਂਦਾ ਗਾ ਚੰਦਰਿਆਂ ਨੂੰ ਯਾਦ ਕਰਕੇ।
ਤੈਨੂੰ ਕਹਿਤਾ ਪਹਿਲਾਂ ਕਿਹਾ ਨਹੀਂ ਹੈਗਾ ਸਮਝਾਇਆ ਤੈਨੂੰ ਵੀ ਸ਼ੇਰ ਡਰਦੇ ਨਹੀਂ ਹੁੰਦੇ ਉਹ ਤਾਂ ਪਤਾ ਹੁਣ ਤੈਨੂੰ ਪਤਾ ਉਹਨਾਂ ਦੇ ਸਿਰ ਤੇ ਕਿੰਨਾ ਬੋਝ ਹੈ ਉਹ ਤਾਂ ਲੱਗ ਰਹੇ ਨੇ ਲਾਹਣ ਉਹ ਤਾਂ ਠੀਕ ਆ ਚੰਗਾ ਚੱਲ ਠੀਕ ਆ ਹੋਰ ਨਾ ਕੁਛ ਮੂੰਹੋਂ ਬੋਲੀ ਕੋਈ ਪਤਾ ਨਹੀਂ ਹੈਗਾ ਕੀ ਵੱਕ ਦੋ ਤੁਸੀਂ ਆ ਪਾ ਦੋ ਨੀਰਾ ਪਾ ਕੇ ਮੈਂ ਰੋਟੀ ਬਣਾਉਣੀ ਆ ਚਲ ਰੋਟੀ ਤਿਆਰ ਕਰ ਖਾ ਕੇ ਵੱਗ ਜੂੰਗਾ ਹਾਂ ਵੀ ਦੱਸਾਂ ਦੱਸਦੇ ਨੇ ਹੈ ਸ਼ੇਰਾਂ ਨੂੰ ਦੱਸ ਕੌਣ ਡੱਕ ਲੂਗਾ ਰੋਕ ਲੂ ਉਹਨਾਂ ਦਾ ਰਸਤਾ ਸੱਡਿਆ ਨਹੀਂ ਕਰਦੇ ਸਾਰਾ ਖਾਇਆ ਕਰਦੇ ਨੇ ਖਾ ਲਾ ਪਰ ਮੇਰੀ ਗੱਲ ਸੁਣ ਪੁੱਤ ਧਿਆਨ ਨਾਲ ਪੜ੍ਹਨਾ ਗਾ ਠੀਕ ਆ ਅੱਧੀ ਸੁੱਟੀ ਆ ਕੇ ਘਰੇ ਰੋਟੀ ਖਾ ਕੇ ਜਾਈ ਚੰਗਾ ਬੇਬੇ ਹੁਣ ਤਾਂ ਮੈਂ ਰੱਜ ਗਿਆ ਰੱਜ ਗਿਆ ਚੱਲ ਠੀਕ ਆ ਪੁੱਤ ਮੇਰੀ ਗੱਲ ਸੁਣ ਜੇ ਰਸਤੇ 'ਚ ਨਾ ਕੋਈ ਵੱਡਾ ਬੰਦਾ ਮਿਲ ਜੇ ਕੋਈ ਚਾਚਾ ਤਾਇਆ ਕੋਈ ਦਾਦਾ ਬਾਬਾ ਹੈ ਪੈਰੀ ਹੱਥ ਲਾ ਕੇ ਸਸਰੀ ਘਰ ਬੁਲਾਉਣੀ ਹੈਗੀ ਠੀਕ ਆ ਨਾ ਹਾਂ ਨਾਲੇ ਇੱਕ ਪਾਸੇ ਦੀ ਹੋ ਕੇ ਜਾਈ ਰਸਤੇ 'ਤੇ ਐਂ ਨਾ ਹੋਵੇ ਵੀ ਵਿਚਾਲੇ ਤੁਰਿਆ ਜਾਂਦਾ ਗਾ ਠੀਕ ਆ ਕੋਈ ਸਾਧਨ ਆ ਜਾਂਦਾ ਹੁੰਦਾ ਖੜਾ ਹੋ ਮੇਰਾ ਪੁੱਤ ਚੱਕ ਝੋਲਾ ਬੱਲੇ ਬੱਲੇ ਹੋ ਗਿਆ ਮੇਰਾ ਸ਼ੇਰ ਵੱਗਾ ਤਫਾਨ ਤਿਆਰ ਮੈਂ ਤਿਆਰ ਆ ਹੁਣ ਤੁਹਾਨੂੰ ਦੱਸਿਆ ਤਾਂ ਹੈਗਾ ਤੇ ਵੀ ਤਿਆਰ ਕਰਤਾ ਹੁਣ ਮੈਂ ਇਹ ਸਕੂਲ ਨੂੰ ਫਿਰ ਪੁੱਤ ਤਫਾਨ ਵਾਂਗੂ ਲੰਘ ਜਾ ਸਕੂਲ ਨੂੰ ਹਾਂ ਕਰਾ ਦੇ ਪਿਓ ਦੀਆਂ ਗੱਲਾਂ ਆ ਜਾ ਕਰ ਪੁੱਤ ਇੱਕ ਮਿੰਟ ਰੁਕ ਆ ਥੋੜੇ ਵੜਾ ਜਾ ਓਹੋ ਕੀ ਭੁੱਲ ਗਈ ਹੁਣ ਰੋਟੀ ਖਵਾਣੀ ਨਾ ਮੈਨੂੰ ਭੁੱਲ ਜੀ ਲਿਆ ਪਾ ਕੇ ਰੋਟੀ ਰੋਟੀ ਬਣੀ ਪਈ ਆ ਠੀਕ ਆ ਰੋਟੀ ਲਿਆਉਣੀ ਹੈਗੀ ਇੰਨਾ ਨਾ ਤੁਸੀਂ ਮਾੜਾ ਜਿਹਾ ਕਾਲੀ ਹੋਇਆ ਕਰੋ ਹੁਣ ਐਂ ਦੱਸੋ ਵੀ ਕੱਚੇ ਦੁੱਧ ਦਾ ਗਲਾਸ ਲਿਆਵਾਂ ਲੱਸੀ ਪੀਓਗੇ ਅੱਜ ਦਮਾਂ ਦੇ ਨੇ ਪਹਿਲੀ ਵਾਰ ਆਇਆ ਮੈਂ ਘਰੇ ਜਿਹੜਾ ਕੁਛ ਰੋਜ਼ ਲਿਆਣੀ ਉਹੀ ਲਿਆ ਦੀ ਮੈਂ ਤੈਨੂੰ ਐਂ ਥੋੜ੍ਹੀ ਕਹਿੰਦੀ ਹਾਂ ਤੁਸੀਂ ਐਂ ਕਿਉਂ ਕੋ ਕਰਦੇ ਹੁੰਦੇ ਕਿ ਦੇਖੀ ਕੁੱਤ ਕੇ ਪੈ ਜਾਂਦੇ ਮੈਨੂੰ ਮੇਰੀ ਤਾਂ ਜਮਾਨ ਹੀ ਨਹੀਂ ਉਹ ਹੁੰਦੀ ਹੈਗੀ ਤੁਹਾਡੇ ਮੂਹਰੇ ਚੱਲੂ ਪਤਾ ਹੈ ਵੀ ਰੋਟੀ ਨਾ ਰੋਜ਼ ਲੱਸੀ ਪੀਣਾ ਕਦੇ ਕਦੇ ਤੁਸੀਂ ਐਂ ਕਹਿ ਦਿੰਦੇ ਹੋ ਅੱਜ ਤਾਂ ਮੈਨੂੰ ਕੱਚੇ ਦੁੱਧ ਦਾ ਗਲਾਸ ਲਿਆ ਦੇ ਉਹ ਜਵਾਨੀ ਬਹਿਰਾ ਸੀ ਐਂ ਦੇਖ ਲਿਆ ਕਰ ਉਮਰ ਦੀ ਲਿਹਾਜ਼ ਕਰ ਲਿਆ ਕਰ ਮੈਨੂੰ ਐਂ ਦੱਸ ਹਾਂ ਮੁੰਡਾ ਤਾਂ ਬੱਕਿਆ ਵੀ ਜਵਾਨੀ ਹੋਣਾ ਬਾਕੀ ਮੇਰੇ ਤੇ ਤਾਂ ਹੈ ਹੀ ਆ ਜੀ ਆਏ ਕਿਹੜਾ ਮੈਂ ਦੱਬਦਾ ਮੇਰੇ ਤੇ ਕਿਹੜਾ ਹੈ ਨਹੀਂ ਸੱਚੀ ਹੋਰ ਨਰਮਾ ਦੇ ਕਹੀ ਨਾ ਗੁੱਟਣਾ ਸੌਖਾ ਹੈ ਨਾਲੇ ਮੇਰੀ ਗੱਲ ਸੁਣੋ ਜਿੰਨਾ ਚਿਰ ਆਪਾਂ ਪੋਤੇ ਪੋਤੀਆਂ ਵਾਲੇ ਨਹੀਂ ਹੁੰਦੇ ਹੈਗੇ ਐ ਉਹਨਾਂ ਚਿਰ ਆਪਾਂ ਬੁੜੇ ਨਹੀਂ ਹੁੰਦੇ ਹਜੇ ਤਾਂ ਆਪਣੇ ਤੇ ਜਵਾਨੀ ਹੈਗੀ ਹੈ ਠੀਕ ਆ ਐ ਨਾ ਕਿਹਾ ਉਹ ਐ ਤਾਂ ਕਹਾਵਤ ਵੀ ਹੈਗੇ ਐ ਘੋੜਾ ਤੇ ਮਰਦ ਕਦੇ ਬੁੜਾ ਨਹੀਂ ਹੁੰਦਾ ਮਰਦ ਤੇ ਘੋੜਾ ਪਰ ਫਿਰ ਜਨਾਨੀਆਂ ਫੇਰ ਦੱਸੂਗਾ ਤੂੰ ਰੋਟੀ ਲਿਆ ਦਿਮਾਗ ਨਾ ਖਾ ਮੇਰਾ ਤੁਸੀਂ ਆਏ ਦੇਖੀ ਮੈਂ ਵੀ ਫਿਰ ਮਟਿਆਰ ਆ ਹਜੇ ਮੈਨੂੰ ਨਾ ਕਿਹਾ ਕਰੋ ਵੀ ਬੁੜੇ ਹੋ ਗਏ ਚੱਲ ਫਿਰ ਨਰਮੇ ਚ ਉੱਥੇ ਗੜਾ ਨਰਮਾ ਬਰੋਬਰ ਹਾਂ ਨਰਮਾ ਕਹੀ ਚੱਕੀ ਨਾਲ ਨਰਮਾ ਚੋਣ ਜਾਇਆ ਕਰੂੰਗੀ ਮੈਂ ਤਾਂ ਨਾਲੇ ਇੱਕ ਸੱਚ ਐਂ ਕਹਿੰਦੀ ਚਿਬੜਾ ਨੇ ਬੇਲ ਨਾ ਕਿਤੇ ਗੁੱਡਣ ਲੱਗੇ ਉਹ ਕਰਦੀ ਆ ਪੱਟਦੀ ਆ ਉੱਥੋਂ ਚਿਬੜ ਮੈਂ ਦੋ ਚਾਰ ਜੀ ਹੈਗੇ ਨੇ ਚਟਣੀ ਬਣਾ ਲਾ ਗਏ ਆਪਣੇ ਕਿੰਨੇ ਸਾਲ ਹੋ ਗਏ ਅੱਜ ਤੱਕ ਕਦੇ ਬੇਲਾਂ ਪੱਟੀਆਂ ਨੇ ਹਾਂ ਉਹ ਤਾਂ ਮੈਨੂੰ ਪਤਾ ਹੈ ਹਾਂ ਚੱਲਿਆ ਰੋਟੀ ਛੇਦੀ ਚੰਗਾ ਜੀ ਲੇਟ ਹੋਣ ਲੱਗ ਰਿਹਾ ਪੂਰੇ ਗੱਲਾਂ ਲੈ ਕੇ ਬਹਿ ਜਾਂਦੀ ਹੈ ਵਿੱਚ ਜੋਰਿਆ ਪੂਰੇ ਲਾ ਦੇ ਬੁਲਟਾ ਆ ਜਾ ਚੋਰਿਆ
ਭੱਜਾ ਭੱਜਾ ਲੈ ਸੁੱਖਿਆ ਟੱਕਣੇ ਪੈਰੀ ਹੋ ਜਾ ਬੋਲਟ ਆਪਾਂ ਨੇ ਖੜਾਤਾ ਮੇਰੀ ਦੱਸ ਲੈ ਟੌਟ ਬਹੁਤ ਨੇ ਪੁਲਿਸ ਦੇ ਕਦੇ ਆਪਾਂ ਨੂੰ ਤਾਂ ਵਿਵਸਥਾ ਪਊਗੀ ਪਊਗੀ ਕਦੇ ਮਾਸੀ ਨੂੰ ਵਿਵਸਥਾ ਪੈ ਜੇ ਉਹ ਨਾਲੇ ਜੋਰਿਆ ਉਰੇ ਇੱਕ ਬਾਣੀ ਹੈ ਉਹਨੇ ਗਰੀਬਾਂ ਦਾ ਖੂਨ ਬਹੁਤ ਚੂਸਿਆ ਉਹਦੇ ਵੀ ਸੌਦਾ ਲਾਉਣਾ ਪਊਗਾ ਉਹ ਸੌਦਾ ਬਾਅਦ ਚ ਦੇਖ ਲੈ ਝੱਟ ਆਪਣਾ ਕੰਮ ਕੀ ਹੈ ਇਹੀ ਹੈ ਚੱਲ ਚੱਕ ਮੇ ਪੈਰੀ ਹੋ ਜਾ ਤੂੰ ਮਾਸੀ ਕੋਲ ਚੱਲ ਪਹਿਲਾਂ ਤੂੰ ਆ ਜਾ ਪਾਪੇ ਬੀਬੀ ਗੇੜ ਦਾ ਕੁੰਡਾ ਲਾ ਲਿਓ ਮੈਂ ਜਾਣਾ ਓਏ ਕੀ ਗੱਲ ਆ ਜਵਾਕ ਜਿਹਾ ਤੈਨੂੰ ਜਾਨ ਨਹੀਂ ਪੈ ਰਹੀ ਹੈਗੀ ਥੱਲੇ ਆ ਗਿਆ ਹੁੰਦਾ ਗੱਡੀ ਦੇ ਓ ਜਨਾਬ ਜਾਣ ਦੋ ਜਵਾਕ ਆ ਜੀ ਓ ਜਗਰੂਪ ਜਵਾਕ ਨਹੀਂ ਹੈਗਾ ਇਹ ਤਾਂ ਜ਼ਹਿਰੀਲੇ ਨਾਗਾਂ ਦੇ ਬੱਚੇ ਨੇ ਬੱਚੇ ਇਹਨੂੰ ਕੀ ਪਤਾ ਜੀ ਜਵਾਕ ਨੂੰ ਜੀ ਥੱਲੇ ਆ ਕੇ ਮਰ ਗਿਆ ਹੁੰਦਾ ਕੀ ਗੱਲ ਆ ਮੌਤ ਮੰਗਦਾ ਮੌਤ ਨੂੰ ਮਖੌਲਾ ਨਾ ਕਰ ਥਾਣੇਦਾਰਾ ਓਏ ਅੱਛਿਆ ਸਿੰਘ ਮੌਤ ਨੂੰ ਡਰਦੇ ਥਾਣੇਦਾਰਾ ਓਏ ਜਗਰੂਪ ਹਾਂਜੀ ਆ ਸਾਲੇ ਮੇਮਨੂੰ ਡਿੱਗ ਗੱਡੀ ਚੰਦਰ ਮਾਲਕੋ ਜਵਾਕ ਨਾ ਕਿਉਂ ਜਿੱਦੀ ਜਾਂਦੇ ਹੋ ਜਾਣ ਦਿਓ ਜੀ ਓ ਜਵਾਕ ਨਹੀਂ ਹੈਗਾ ਹੇ ਚੱਲਦੇ ਆ ਜੀ ਆਪਾਂ ਬੱਜਿਆ ਗੱਡੀ ਛੇੜ ਜਾ ਓ ਜਾ ਓ ਜਾ ਮਾਰੇ ਜਾਈ ਮੇਰੀ ਉਹ ਜੋਰਿਆ ਤੈਨੂੰ ਆ ਗਲੀਆਂ ਦੀਆਂ ਯਾਦਾਂ ਨਹੀਂ ਆਉਂਦੀਆਂ ਕਿੰਨਾ ਖੇਡਦੇ ਹੁੰਦੇ ਤੇ ਆਪਾਂ ਉਰੇ ਯਾਰ ਹੈਨਾ ਹੋਰ ਬੜਾ ਜੀ ਲੱਗਦਾ ਹੁੰਦਾ ਸੀ ਯਾਰ ਉਰੇ ਹੁਣ ਤਾਂ ਸਰਕਾਰਾਂ ਨੇ ਪੁੱਠੇ ਕੰਮਾਂ ਚ ਪਾ ਦੇ ਕੀ ਕਰੀਏ ਬਾਈ ਆ ਜਾ ਆ ਜਾ ਉਹ ਸੁਖਿਆ ਆਪਾਂ ਇੱਧਰ ਦੀ ਗਲੀ ਚੱਲਦੇ ਉਹ ਨਾ ਜੋਰਿਆ ਇੱਧਰ ਦਾ ਬੰਦੇ ਬਹੁਤ ਬੈਠੇ ਹੁੰਦੇ ਨੇ ਇੱਧਰ ਦੀ ਚੱਲਦੇ ਆ ਨਾਲੇ ਐਂ ਕਰ ਇਹਨੂੰ ਲੁਕੋ ਲੈ ਮਾੜਾ ਜਾ ਆ ਜਾ ਆ ਜਾ ਰਾਜਪੁਰੇ ਹਾਂ ਕੀ ਹੋ ਰਿਹਾ ਮਾੜਾ ਜਿਹਾ ਰਸੋਈ 'ਚ ਹੋ ਜਾਂਦੇ ਆ ਬਾਂਦਰ ਜਾਂਦੇ ਆ ਤੁਸੀਂ ਮੈਂ ਤਾਂ ਤੈਨੂੰ ਦੱਸ ਕੇ ਜਾਂਦਾ ਸੀ ਵੀ ਖੇਤ ਜਾਂਦਾ ਅੱਛਾ ਵਗ ਜਾਓ ਫਿਰ ਫਿਰ ਅਸੀਂ ਕਹਿੰਦਾ ਲੇਟ ਮੈਂ ਤਾਂ ਹੀ ਹੋ ਗਿਆ ਮੈਂ ਇਕੱਠੇ ਖਪੇ ਗਈ ਘਰ ਦੇ ਕੰਮ ਬਹੁਤ ਹੁੰਦੇ ਨੇ ਪਾਣੀ ਪੈਣ ਲੱਗਾ ਸੀ ਮੈਂ ਸੰਗ ਅੱਛਾ ਐਂ ਤਾਂ ਤੁਸੀਂ ਮੇਰਾ ਖਿਆਲ ਰੱਖਦੇ ਹੋ ਤੇਰੇ ਹਨ ਤੇਰਾ ਨਹੀਂ ਨਾਲ ਡੰਗਰਾਂ ਦਾ ਵੀ ਖਿਆਲ ਰੱਖਣਾ ਪੈਂਦਾ ਫਿਰ ਖਿਆਲ ਤਾਂ ਮੇਰੀ ਆ ਵੀ ਕਿਤੇ ਔਖੀ ਨਾ ਹੋਵੇ ਮਗਰੋਂ ਉਹ ਤੜਾਣ ਲੱਗ ਰਹੇ ਤੇ ਦੇਖ ਕੇ ਚੰਗਾ ਠੀਕ ਹੈ ਮੇਰੀ ਗੱਲ ਸੁਣੋ ਤੁਸੀਂ ਨਾ ਦੁਪਹਿਰ ਦੀ ਰੋਟੀ ਮੈਂ ਲਈ ਤੇ ਅੱਜ ਬੋਤੀ ਠੀਕ ਹੈ ਨਾ ਖੇੜਾ ਮਾਰਿਆ ਮੈਂ ਖਾਸ ਦਿਨ ਹੋਵੇ ਖੇਤ ਗਈ ਨਹੀਂ ਮੈਂ ਸਿੱਖਿਆ ਤੂੰ ਨਹੀਂ ਦੇਖਦਾ ਲਾਈਏ ਮਾਸੀ ਦੇ ਪੈਰੀ ਹੱਥ ਉਹ ਲਈਏ ਅਸਲੀ ਬਾਤ ਬਹੁਤ ਟਾਈਮ ਹੋ ਗਿਆ ਆ ਜਾ ਜਾ ਚੱਲ ਕੋਈ ਨਾ ਐ ਕਰ ਲਈਏ ਮੈਂ ਜਿੰਨੂੰ ਮਿਲ ਗਈ ਹੁਣ ਆ ਕਿਹੜਾ ਆ ਗਿਆ ਮੈਨੂੰ ਤਾਂ ਲੱਗਦਾ ਨਾ ਲੱਗ ਹੀ ਆਇਆ ਹੋਣਾ ਉਹਨਾਂ ਦੇ ਨਾਲ ਵਿਆਹ ਤੀਗਾ ਸੋਚਣ ਕੇ ਅੱਛਾ ਹਾਂ ਵੀ ਇੱਕ ਦਿਨ ਰਹਿੰਦੇ ਨੇ ਉਹੀ ਆਇਆ ਹੋਣਾ ਜਾਂ ਮਾੜਾ ਜਿਹਾ ਗੇਟ ਖੋਲ ਤੋਂ ਚੱਲ ਕੋਈ ਨਾ ਮੈਂ ਦੇਖਦਾ ਉੱਧਰ ਫੇਰ ਤਾਂ ਜਾਊਂਗਾ ਜਾਂਦਾ ਜਾਂਦਾ ਦੇਖ ਲੈਣਾ ਗੇਟ ਤਾਂ ਤੁਸੀਂ ਰਾਹ 'ਚ ਦੇਖੋਗੇ ਜਾਂ ਵਗ ਜਾਓ ਮਾੜਾ ਜਾ ਕਿਹੜਾ ਜਮੀ ਤੋੜੀ ਜਾਂਦਾ ਚੰਗਾ ਫਿਰ ਵਗ ਜਾਓ ਤੁਹਾਡਾ ਜੀ ਨਹੀਂ ਕਰਦਾ ਜਾਣ ਨੂੰ ਬਸ ਇਹਨਾਂ ਨੂੰ ਵੀ ਆਏ ਆ ਵੀ ਨਾਲੇ ਵਗੀ ਰਾਜ ਮੇਰੇ ਖੇਤ ਇੱਥੇ ਨਹੀਂ ਹੱਲਣ ਦਾ ਮੌਲ ਲੈਂਦੇ ਹੈਗੇ ਵੀ ਠੰਡੇ ਠੰਡੇ ਜਾ ਕੇ ਦੋ ਟੱਕ ਲਾ ਲਓ ਨਰਮੀ 'ਚ ਤੁਹਾਨੂੰ ਲੈ ਤੂੰ ਵੀ ਦਾਲਾ ਭਰ ਕੇ ਬਣ ਜੂ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਨਾਲੇ ਚਾਚਾ ਆਪਣੇ ਗੁਰੂ ਦਾ ਸਿਰ ਤੇ ਹੱਥ ਹੈ ਇਹ ਤਾਂ ਗੱਲ ਹੈਗੀ ਆ ਪੁੱਤ ਸਿੰਘ ਤਾਂ ਚੜ੍ਹਦੀ ਕਲਾ ਚ ਰਹਿੰਦੇ ਨੇ ਰਾਜ ਆ ਦੇਖ ਤੇਰੇ ਘਰੇ ਕੌਣ ਆਏ ਨੇ ਕਿੱਧਰ ਰਹਿ ਗਈ ਰਾਜ ਕੌਣ ਆ ਗਿਆ ਹੈ
ਨਹੀਂ ਮੈਂ ਮਰ ਜਾ ਮੇਰੇ ਸਿਰ ਪੁੱਤਾਈ ਮਾਸੀ ਪੈਰੀ ਪਹਿਲਾਂ ਜਿਉਂਦਾ ਰਹਿ ਪੁੱਤ ਠੀਕ ਆ ਪੁੱਤ ਤੂੰ ਹਾਂ ਠੀਕ ਠਾਕ ਹਾਏ ਹਾਏ ਮੇਰੇ ਜਿਗਰ ਦੇ ਟੁਕੜੇ ਠੀਕ ਆ ਮੱਥਾ ਟੇਕਦਾ ਮਾਸੀ ਜਿਉਂਦਾ ਰਹਿ ਪੁੱਤ ਹਾਏ ਹਾਏ ਮੇਰੇ ਖਾਲ 'ਚ ਠੰਡ ਪੈ ਗਈ ਪੁੱਤ ਹਾਏ ਹਾਏ ਵੇ ਚਿੰਦਰਿਓ ਹੋਰ ਮਾਸੀ ਪੁੱਤ ਸੋਨੂੰ ਕੀ ਯਾਦਦਾਰੀ ਤੀ ਯਾਦ ਤਾਂ ਪੁੱਤ ਮੈਨੂੰ ਵੀ ਆਦੀ ਤੀ ਤੁਹਾਡੀ ਮੇਰੇ ਨਾ ਕਈ ਦਿਨਾਂ ਦੇ ਘਰ 'ਚ ਖੋਲ ਪੈਂਦੇ ਤੀ ਸੋਨੂੰ ਯਾਦ ਕਰ ਕਰਕੇ ਕੋਈ ਨਾ ਮਾਸੀ ਦਿਲਾਂ ਹੋਲਾ ਕਰ ਕਹਿੰਦੇ ਆ ਕੇ ਅਸੀਂ ਦੇਖ ਲੈ ਉਹ ਪੁੱਤ ਸਾਨੂੰ ਅੱਗੇ ਯਾਦ ਕਰਕੇ ਹਾਂ ਮਾਸੀ ਠੀਕ ਆ ਠੀਕ ਆ ਤੇਰੀ ਵੀ ਮਾਸੀ ਬਹੁਤ ਯਾਦ ਆਉਂਦੀ ਤੀ ਤਾਂ ਹੀ ਤਾਂ ਅਸੀਂ ਆਏ ਆ ਹਾਏ ਵੀ ਚਿੰਦਰਿਆ ਮੈਂ ਐਂ ਕਹਿਣਾ ਮੈਨੂੰ ਤਾਂ ਸੱਚੇ ਨਹੀਂ ਆਉਂਦਾ ਅੰਦਰੇ ਲੜ ਲੜਾ ਲਈ ਜਿਹੜਾ ਲੜਾਣਾ ਉਧਰ ਸੁਭਾਅ ਚ ਲੈ ਜਾ ਐਂ ਕਰ ਪੁੱਤ ਹਾਂ ਮੈਂ ਪਾਣੀ ਲੈ ਕੇ ਆਉਣੀ ਆ ਤੁਸੀਂ ਇਹਨਾਂ ਨੂੰ ਅੰਦਰ ਲੈ ਕੇ ਜਾਓ ਉਹ ਮਾਸੀ ਤਾਂ ਦਿਲੋਂ ਵੀ ਮੋਲਾ ਕਰਦੇ ਆ ਅਸੀਂ ਤੇਰੇ ਸ਼ੇਰ ਪੁੱਤ ਹੈਗੇ ਸ਼ੇਰ ਪੁੱਤ ਵੱਡਾ ਦਿਲ ਰੱਖ ਦੱਸ ਪੁੱਤ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਵੀ ਮੇਰੇ ਪੁੱਤ ਦੋਨੇ ਮੇਰੇ ਹੱਥਾਂ ਦੇ ਤਾਰੇ ਮੇਰੇ ਕੋਲੇ ਖੜੇ ਨੇ ਚਲੋ ਪਤਾ ਆ ਜਾਓ ਅੰਦਰ ਚਲੋ ਲਗਾ ਦੋ ਉਹ ਮਾਸੀ ਉਹ ਆ ਜਾਓ ਪਤਾ ਆ ਜਾਓ ਲੋਕਾਂ ਦੀਆਂ ਨਜ਼ਰਾਂ ਬਹੁਤ ਬੁਰੀਆਂ ਨੇ ਚਲੋ ਪਤਾ ਅੰਦਰ ਚਲੋ ਹਾਏ ਹਾਏ ਅੱਜ ਮੇਰੇ ਪੁੱਤ ਆਏ ਨੇ ਮੇਰੇ ਘਰ 'ਚ ਠੰਡ ਪੈ ਗਈ ਲੈ ਕਮਲੀਏ ਤੂਰੇ ਖੜੀ ਕੀ ਕਰਦੀ ਆ ਤੇਰੇ ਪੁੱਤ ਨੂੰ ਪਾਣੀ ਤਾਂ ਦੇ ਦੇ